ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਨਮਸਤੇ। ਅੱਜ ਮੈਂ ਤੁਹਾਡੇ ਵਾਸਤੇ ਪੰਜਾਬੀ ਫਸਾਨਾ ਲੈ ਕੇ ਹਾਜ਼ਰ ਹੋਇਆ। ਇਹਦਾ ਨਾਂ ਹੈ ਸਿੱਪੀ ਦਾ ਮੋਤੀ। ਇਹਦੇ ਲਿਖਾਰੀ ਨੇ ਬਾਬਰ ਜਵੇਦ ਡਾਰ। ਅਤੇ ਇੱਕ ਦਰਖਾਸਤ ਕਰਨੀ ਸੀ ਆਪਣੇ ਸੁਣਨ ਵਾਲੇ ਨੂੰ, ਪੰਜਾਬੀ ਦਰਬਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਜੋ ਵੀਡੀਓ ਵੀ ਅਪਲੋਡ ਕਰਾਂ ਤੁਹਾਡੇ ਤੱਕ ਪਹੁੰਚਣ, ਅਤੇ ਨਾਲ ਬੈੱਲ ਆਈਕਨ ਨੂੰ ਲਾਜ਼ਮੀ ਦਬਾਉਣਾ। ਜੇ ਬੈੱਲ ਆਈਕਨ ਨੂੰ ਦਬਾਓਗੇ ਅਤੇ ਤਾਂ ਹੀ ਮੇਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣਗੇ। ਅਤੇ ਚੱਲਦੇ ਹਾਂ ਜਨਾਬ ਅਫਸਾਨੇ ਤਰਫ। ਸਿੱਪੀ ਦਾ ਮੋਤੀ ਅਤੇ ਅੱਗੋਂ ਜਿਹੜੀ ਸ਼ਾਰਟ ਸਟੋਰੀ ਹੈ ਨਾ, ਉਹਦਾ ਨਾਂ ਹੈ ਕੱਚਾ ਅਮਰੂਦ। ਉਮਰ ਆਪਣੀ ਮਾਂ ਕੋਲੋਂ ਵਿਛੜ ਰਿਹਾ ਸੀ, ਨਿੱਕੀ ਉਮਰੇ ਹੀ ਉਹਨੂੰ ਚੁੱਪ ਲੱਗ ਗਈ ਸੀ। ਬਾਲਪੁਣੇ ਦੀਆਂ ਖੁਆਇਸ਼ਾਂ ਚਣਗਾਂ ਵਾਂਗੂ ਸਿਰ ਦੇ ਭੱਜਦੇ ਹਾਲਾਤ ਦੀ ਸਵਾਹ ਵਿੱਚ ਦੱਬ ਗਈਆਂ ਹਨ। ਹਯਾਤੀ ਨੇ ਇੱਕ ਝਟਕੇ ਨਾਲ ਉਹਦੇ ਕੋਲੋਂ ਉਹਦਾ ਬਚਪਨਾ ਖੋ ਲਿਆ ਸੀ। ਸਾਰੇ ਖਿਡੌਣੇ ਅਤੇ ਖੇਡਾਂ ਤੋਂ ਉਹਦਾ ਜੀ ਉੱਠ ਗਿਆ ਸੀ। ਉਹਦੇ ਪਿਆਰ ਨੇ ਉਹਦੀ ਮਾਂ ਨੂੰ ਤਲਾਕ ਦੇ ਦਿੱਤੀ ਸੀ ਅਤੇ ਉਹ ਆਪਣੇ ਪੇਕੇ ਘਰ ਆ ਗਈ ਸੀ। ਉਹਨੇ ਉਮਰ ਨੂੰ ਹਾਸਲ ਕਰਨ ਲਈ ਅਦਾਲਤ ਵਿੱਚ ਦਾਅਵਾ ਕੀਤਾ ਸੀ। ਉਮਰ ਦੇ ਨਾਨਕਿਆਂ ਦਾ ਘਰ ਇੱਕ ਨਿੱਕੇ ਜਿਹੇ ਪਿੰਡ ਵਿੱਚ ਸੀ। ਘਰ ਵਿੱਚ ਵੰਨ ਸਵੰਨੇ ਬੂਟੇ ਲੱਗੇ ਹੋਏ ਸਨ। ਅੱਜ ਉਹ ਆਪਣੇ ਨਾਨੇ ਦੇ ਘਰ ਅੰਬ ਦੇ ਦਰਖਤ ਹੇਠ ਖਲੋਤਾ ਆਪੋ ਆਪ ਵਿੱਚ ਗੁਆਚਾ ਹੋਇਆ ਸੀ। ਚੰਦ ਵਰੇ ਪਹਿਲੋਂ ਦਾ ਇੱਕ ਮੰਦਰ ਉਹਦੇ ਦਿਮਾਗ ਵਿੱਚ ਉਭਰਿਆ ਸੀ। ਪੁੱਤਰ, ਤੂੰ ਕਿਸ ਕੋਲ ਰਹਿਣਾ ਚਾਹੁੰਦਾ ਹੈ, ਮਾਂ ਕੋਲ ਜਾਂ ਪਿਓ ਕੋਲ? ਅੱਜ ਉਹਨੂੰ ਪਤਾ ਸੀ ਕਿ ਉਹ ਅਦਾਲਤ ਵਿੱਚ ਖੜਾ ਹੈ ਤੇ ਇਹ ਸਵਾਲ ਕਰਨ ਵਾਲਾ ਬੰਦਾ ਜੱਜ ਹੈ, ਪਰ ਉਦੋਂ ਉਹ ਚੋਖਾ ਨਿੱਕਾ ਸੀ, ਇਸ ਲਈ ਉਹਨੇ ਕੋਈ ਜਵਾਬ ਨਾ ਦਿੱਤਾ ਤੇ ਆਪਣੇ ਕੋਲ ਖਲੋਤੀ ਆਪਣੀ ਫੁੱਫੀ ਵੱਲ ਵੇਖਦਿਆਂ ਉਹਦੀਆਂ ਲੱਤਾਂ ਨਾਲ ਚੰਬੜ ਗਿਆ। ਫੁੱਫੀ ਫਾਥਾ ਨਾਲ ਅੰਦਾਜ਼ ਵਿੱਚ ਮੁਸਕਰਾਈ ਸੀ। ਦੂਜੇ ਅਲਾਮ ਖਲੋਤੀ ਉਹਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਚੋਣ ਲੱਗ ਪਏ। ਜੱਜ ਨੇ ਉਸ ਵੇਲੇ ਅਕਲਮੰਦੀ ਨਾਲ ਕੰਮ ਲਿਆ ਅਤੇ ਆਖਿਆ, ਹੁਣ ਬੱਚਿਆਂ ਨੂੰ ਮਾਂ ਨਾਲ ਖੜਾ ਕਰ ਛੱਡੋ। ਅਤੇ ਫਿਰ ਜੱਜ ਨੇ ਪੁੱਛਿਆ, ਉਮਰ ਪੁੱਤਰ, ਤੂੰ ਕਿਸ ਕੋਲ ਜਾਣਾ ਚਾਹੁੰਦਾ ਹੈ, ਮਾਂ ਕੋਲ ਜਾਂ ਪਿਓ ਕੋਲ? ਅਤੇ ਉਹਨੇ ਕੋਈ ਜਵਾਬ ਨਹੀਂ ਸੀ ਦਿੱਤਾ ਅਤੇ ਇਸ ਵਾਰੀ ਉਹ ਆਪਣੀ ਮਾਂ ਦੀਆਂ ਲੱਤਾਂ ਨਾਲ ਚਿੰਬੜ ਗਿਆ ਸੀ। ਉਮਰ ਜੱਜ ਨੂੰ ਜਵਾਬ ਵੀ ਕੀ ਦੇ ਸਕਦਾ ਸੀ? ਵੇਲੇ ਤੇ ਕਾਨੂੰਨ ਨੇ ਉਹਨੂੰ ਇਸ ਮੁਕਾਮ ਉੱਤੇ ਲਿਆ ਖਿਲਾ ਰਿਹਾ ਸੀ ਜਿੱਥੇ ਉਹਨੂੰ ਆਪਣੀ ਦੋ ਮਹਬੂਬ ਹਸਤੀਆਂ ਮਾਂ ਤੇ ਪਿਓ ਵਿਚਕਾਰ ਕਿਸੇ ਇੱਕ ਦੀ ਚੋਣ ਕਰਨੀ ਸੀ। ਉਹਨੂੰ ਉਹ ਦੁਰਾਹ ਬੁਖਾਲੀ ਦੇ ਰਿਹਾ ਸੀ ਜਿਹਦੇ ਇੱਕ ਪਾਸੇ ਛਾਂ ਕਰਨ ਵਾਲੇ ਰੁੱਖ ਸਨ ਤੇ ਦੂਜੇ ਪਾਸੇ ਫਲ ਦੇਣ ਵਾਲੇ ਬੂਟੇ। ਇੱਕ ਰਾਹ ਵਿੱਚ ਮੁਹੱਬਤਾਂ ਲੋਰੀਆਂ ਤੇ ਗੀਤ ਖਿਲਰੇ ਪਏ ਨੇ ਤੇ ਦੂਜੇ ਲਾਂਭੇ ਤਾਕਤ ਤੇ ਤਫਜ ਦੀਆਂ ਪਨਾਹ ਗਾਵਾਂ। ਉਮਰ ਨੂੰ ਦੋਵੇਂ ਹੀ ਰਾਹ ਚੰਗੇ ਲੱਗਦੇ ਸਨ, ਉਹ ਕੀ ਚੋਣ ਕਰ ਸਕਦਾ ਸੀ? ਬਾਜ਼ਾਰ ਵਿੱਚ ਖਰੀਦਦਾਰੀ ਕਰਦਿਆਂ ਜਨਾਨੀਆਂ ਤੇ ਬੰਦਿਆਂ ਨੂੰ ਵੇਖੋ, ਉਹ ਰੰਗ ਬਿਰੰਗੀਆਂ ਛਾਵਾਂ ਤੇ ਕੱਪੜਿਆਂ ਦੀ ਚੋਣ ਕਰਨ ਲਈ ਗੂਮ ਗੂ ਦੀ ਹਾਲਤ ਵਿੱਚ ਖੜੇ ਵਿਖਾਲੀ ਦਿੰਦੇ ਨੇ। ਉਹਨਾਂ ਲਈ ਇਹ ਸਿਰ ਪੀੜ ਬਣਿਆ ਹੁੰਦਾ ਹੈ ਕਿ ਉਹ ਆਪਣੇ ਵਾਸਤੇ ਕਿਹੜੇ ਰੰਗਾਂ ਦੀ ਚੋਣ ਕਰਨ ਤੇ ਕਿਸ ਕਿਸਮ ਦੇ ਕੱਪੜੇ ਖਰੀਦਣ। ਤੇ ਫਿਰ ਉਮਰ ਲਈ ਇਹ ਗੱਲ ਕਿ ਉਹ ਮਾਂ ਜਾਂ ਪਿਓ ਵਿੱਚੋਂ ਕਿਸੇ ਇੱਕ ਦੀ ਚੋਣ ਕਰੇ ਕਿੰਨਾ ਔਖਾ ਸੀ ਤੇ ਉਹਨੂੰ ਸੋਚ ਦੇ ਕਿਹੜੇ ਕਿਹੜੇ ਜ਼ਾਵੀਆਂ ਤੇ ਖੜਾ ਕਰ ਸਕਦਾ ਸੀ। ਇਸ ਦੁਰਾਹੇ ਨੇ ਉਹਦੀ ਸ਼ਖਸੀਅਤ ਨੂੰ ਅੰਦਰੋਂ ਤਰੋੜ ਫੋੜ ਦਿੱਤਾ ਸੀ, ਸਗੋਂ ਇਸ ਥਾਂ ਉੱਤੇ ਲੈ ਆਉਂਦਾ ਜਿੱਥੇ ਉਹ ਕਦੀ ਫੁੱਫੀ ਦੀਆਂ ਲੱਤਾਂ ਨਾਲ ਚੰਬੜਦਾ ਤੇ ਕਦੀ ਮਾਂ ਦੀਆਂ ਲੱਤਾਂ ਨਾਲ। ਫਿਰ ਜੱਜ ਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਮਰ ਅਜੇ 7 ਵਰਿਆਂ ਦਾ ਹੋਣ ਤਾਂ ਹੀ ਮਾਂ ਕੋਲ ਹੀ ਰਹੇਗਾ। ਉਮਰ ਨੇ ਇਹ ਵਾਲਾ ਵੇਲਾ ਮਾਂ ਨਾਲ ਗੁਜ਼ਾਰਿਆ। ਉਹਨੂੰ ਕਦੀ ਕਦਾਰ ਅਦਾਲਤ ਦੇ ਹੁਕਮ ਮੁਤਾਬਕ ਪਿਓ ਨਾਲ ਵੀ ਮਿਲਾਇਆ ਜਾਂਦਾ। ਉਹ ਕੁਝ ਸਿਆਣਾ ਹੋ ਗਿਆ ਸੀ ਤੇ ਇਹੋ ਜਿਹੀਆਂ ਗੱਲਾਂ ਬਾਤਾਂ ਬਹੁਤ ਮਹਿਸੂਸ ਕਰਦਾ ਸੀ। ਇਹਦੀ ਤੇ ਵੇਖਣੀ ਬਿਲਕੁਲ ਪਿਓ ਵਾਂਗ, ਇਹ ਤੇ ਪਿਓ ਵਾਂਗੂ ਬੜਾ ਜ਼ਿੱਦੀ ਹੈ। ਇਹ ਸਾਰੀਆਂ ਗੱਲਾਂ ਨਾਨਕੇ ਘਰ ਹੁੰਦੀਆਂ ਸਨ। ਦਾਦਕੇ ਘਰ ਦੀ ਕੋਈ ਚੁੱਪ ਦੀ ਗੱਲ ਉਹਨੂੰ ਸੁਣਾਈ ਦਿੰਦੀ, ਮਾਂ ਵਾਂਗੂ ਬੜਾ ਗਸੀਲਾ ਹੈ। ਉਮਰ ਦਾ ਦਿਲ ਕਰਦਾ ਕਿ ਉਹ ਇਹ ਸਾਰੇ ਮਾਹੌਲ ਨੂੰ ਛੱਡਾ ਕੇ ਨੱਸ ਜਾਏ, ਪਰ ਉਹ ਕਿੱਥੇ ਜਾ ਸਕਦਾ ਸੀ?
ਉਹਨੇ ਆਪਣਾ ਜੀ ਵਿਹੜੇ ਵਿੱਚ ਉੱਗੇ ਰੁਖਾਨਾ ਲਾ ਲਿਆ ਜਿੱਥੇ ਅੰਬ ਅਮਰੂਦ ਅਨਾਰ ਦੇ ਦਰਖਤ ਤੇ ਮੋਤੀਆ ਗੁਲਾਬ ਦੇ ਬੂਟੇ ਲੱਗੇ ਹੋਏ ਸਨ। ਉਹਨੇ ਦੂਜੇ ਬਾਲਾਂ ਵਾਂਗੂ ਨਾ ਕਦੀ ਫੁੱਲ ਤੋੜੇ ਤੇ ਨਾ ਕਦੀ ਕੱਚੇ ਫਲ ਤੋੜਨ ਲਈ ਦਰਖਤਾਂ ਨੂੰ ਰੋਲੇ ਮਾਰੇ। ਇਹ ਸਾਰੇ ਰੁੱਖੋ ਦੇ ਸੰਗੀ ਬੇਲੀ ਸਨ ਜਿਹੜੇ ਇੱਕੋ ਜਗ੍ਹਾ ਉੱਗੇ ਤੇ ਆਪਣੇ ਮਨ ਵਿੱਚ ਡੁੱਬੇ ਉਹਦੇ ਵਾਂਗੂ ਖਮੋਸ਼ੀ ਨਾਲ ਹਯਾਤੀ ਦੇ ਡੰਗ ਪੂਰੇ ਕਰ ਰਹੇ ਸਨ। ਅਦਾਲਤ ਦੀ ਮੁਕਰਰ ਕੀਤੀ ਤਰੀਕ ਅੱਜ ਪੂਰੀ ਹੋ ਰਹੀ ਸੀ, ਮਗਰ ਭਰੇ ਪੰਚਾਇਤ ਵਿੱਚ ਇਹ ਤੈਅ ਪਾ ਗਿਆ ਸੀ ਕਿ ਉਮਰ ਹੁਣ ਪਿਓ ਕੋਲ ਹੀ ਰਹੇਗਾ। ਉਮਰ ਦੀ ਮਾਂ ਉਹਦੀ ਤਵੀਲ ਲਈ ਕੋਈ ਦਾਅਵਾ ਨਹੀਂ ਕਰੇਗੀ। ਇਹ ਫੈਸਲਾ ਉਹਦੇ ਨਾਨੇ ਹੋਰਾਂ ਕੁਝ ਮੁਤਾਲਬੇ ਮੰਨਣ ਪਰੋਂ ਕਬੂਲ ਕਰ ਲਿਆ ਸੀ, ਪਰ ਅਸਲ ਗੱਲ ਵਿੱਚੋਂ ਇਹ ਸੀ ਕਿ ਉਮਰ ਦਾ ਉਹਦੀ ਮਾਂ ਕੋਲ ਰਹਿਣਾ ਉਹਦੀ ਮਾਂ ਦਾ ਅੱਗੋਂ ਰਿਸ਼ਤਾ ਲੱਭਣ ਵਿੱਚ ਰੁਕਾਵਟ ਪੈਦਾ ਕਰ ਰਿਹਾ ਸੀ। ਅੱਜ ਕੁਝ ਬੰਦੇ ਉਮਰ ਨੂੰ ਲਿਜਾਵਣ ਲਈ ਆਏ ਹੋਏ ਸਨ। ਉਮਰ ਦੀ ਮਾਂ ਨੇ ਉਹਨੂੰ ਤਿਆਰ ਕਰਕੇ ਸੋਹਣੇ ਕੱਪੜੇ ਪਵਾਏ। ਉਮਰ ਤੂੰ ਮੈਨੂੰ ਯਾਦ ਰੱਖੇਗਾ, ਉਹਦੀ ਮਾਂ ਨੇ ਉਹਦੀਆਂ ਅੱਖਾਂ ਵਿੱਚ ਸੁਰਮਾ ਪਾਉਂਦੇ ਆਖਿਆ ਸੀ। ਮਾਂ ਉਮਰ ਸਿਰਫ ਇੰਨਾ ਹੀ ਆਖ ਸਕਿਆ ਤੇ ਉਹਦੇ ਹੋਠ ਕੰਬਣ ਲੱਗ ਪਏ। ਉਹਦੇ ਜਜ਼ਬੇ ਪੂਰੀ ਤਰ੍ਹਾਂ ਲਫ਼ਜ਼ਾਂ ਵਿੱਚ ਨਾ ਬਦਲ ਸਕੇ, ਸਗੋਂ ਜ਼ੁਬਾਨ ਤੋਂ ਤਿਲਕ ਕੇ ਦਿਲ ਤੇ ਦਿਮਾਗ ਦੇ ਸਮੁੰਦਰ ਵਿੱਚ ਡੁੱਬ ਗਏ। ਫਿਰ ਅੱਖਾਂ ਵਿੱਚੋਂ ਹੰਝੂ ਬਣ ਕੇ ਢਲਕਣ ਲੱਗ ਪਏ ਤੇ ਸੁਰਮੇ ਦੀਆਂ ਲਕੀਰਾਂ ਉੱਤੇ ਬਹਿੰਦੇ ਉਹਨਾਂ ਤੋਂ ਵੀ ਅਗਾਂ ਲੰਘ ਗਏ। ਮਾਂ ਨੇ ਉਹਦਾ ਮੂੰਹ ਚੁੰਮਿਆ ਤੇ ਫਿਰ ਉਮਰ ਦੇ ਕੱਪੜੇ ਠੱਪ ਕੇ ਇੱਕ ਵੱਡੇ ਬੈਗ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ। ਉਮਰ ਵਿਹੜੇ ਵਿੱਚ ਆ ਕੇ ਰੁੱਖਾਂ ਕੋਲ ਜਾ ਖਲੋਤਾ। ਉਹਦੀ ਮਾਂ ਨੇ ਚੌਵਾਂ ਮੌਸਮਾਂ ਦੇ ਕੱਪੜੇ ਬੈਗ ਵਿੱਚ ਰੱਖ ਦਿੱਤੇ ਤੇ ਬੂਟਾਂ ਜੁੱਤੀਆਂ ਦਾ ਇੱਕ ਵੱਖਰਾ ਛਾਪਰ ਬਣਾ ਦਿੱਤਾ। ਸਕੂਲ ਬੈਗ ਵੀ ਉੱਥੇ ਲਿਆ ਰੱਖਿਆ। ਫਿਰ ਚਾਰ ਚੁਫੇਰੇ ਖਾਲੀ ਖਾਲੀ ਨਜ਼ਰਾਂ ਨਾਲ ਵੇਖਣਾ ਸ਼ੁਰੂ ਕਰ ਦਿੱਤਾ, ਜਿਵੇਂ ਕੋਈ ਸ਼ਹਿਰ ਰਹਿ ਗਈ ਹੋਵੇ ਤੇ ਉਹਦਾ ਚੇਤਾ ਨਾ ਆ ਰਿਹਾ ਹੋਵੇ। ਫਿਰ ਉਹਦੀ ਨਜ਼ਰ ਦੀਵਾਰ ਤੇ ਲੱਗੀ ਉਮਰ ਦੀ ਫੋਟੋ ਤੇ ਪਈ। 2 ਸਾਲਾਂ ਉਮਰ ਵਿਹੜੇ ਵਿੱਚ ਲੱਗੇ ਅਮਰੂਦ ਦੇ ਬੂਟੇ ਹੇਠ ਖਲੋਤਾ ਸੀ। ਟਾਹਣੀਆਂ ਨਾਲ ਕੱਚੇ ਪੱਕੇ ਅਮਰੂਦ ਲੱਗੇ ਹੋਏ ਸਨ। ਉਮਰ ਦੇ ਚਿਹਰੇ ਉੱਤੇ ਹੈਰਤ ਤੇ ਮਾਸੂਮੀਅਤ ਸੀ। ਸਾਡਾ ਉਮਰ ਮੁਸਕਰਾ ਤੇ ਨਹੀਂ ਰਿਹਾ, ਪਰ ਫਿਰ ਵੀ ਫੋਟੋ ਵਿੱਚ ਕਿੰਨੀ ਖਿੱਚ ਹੈ। ਉਮਰ ਦੇ ਪਿਓ ਆਸਫ ਨੇ ਉਹਦੀ ਮਾਂ ਨੂੰ ਆਖਿਆ ਸੀ, ਇਹ ਫੋਟੋ ਮੈਨੂੰ ਬੜੀ ਚੰਗੀ ਲੱਗਦੀ ਹੈ, ਇਹਦੀਆਂ 2 ਵੱਡੀਆਂ ਫੋਟੋਆਂ ਬਣਾ ਕੇ ਇੱਕ ਅੰਮੀ ਦੇ ਘਰ ਤੇ ਇੱਕ ਆਪਣੇ ਘਰ ਦੀਵਾਰਾਂ ਉੱਤੇ ਲਾਵਾਂਗੇ। ਉਮਰ ਦੀ ਮਾਂ ਰਾਸ਼ਦਾ ਨੇ ਆਖਿਆ ਸੀ ਤੇ ਫਿਰ ਰਾਸ਼ਦਾ ਖਿਆਲਾਂ ਵਿੱਚ ਡੁੱਬ ਗਈ। ਉਹਨੂੰ ਬਹੁਤ ਕੁਝ ਯਾਦ ਆਉਣਾ ਸ਼ੁਰੂ ਹੋ ਗਿਆ। ਰਾਸ਼ਦਾ, ਸਾਡੀ ਹਯਾਤੀ ਵਿੱਚ ਕਿੰਨਾ ਸੁੱਖ ਹੈ, ਕਿੰਨਾ ਪਿਆਰ ਹੈ, ਮੈਂ ਕਿੰਨਾ ਖੁਸ਼ ਨਸੀਬ ਹਾਂ, ਤੇਰਾ ਸਾਥ ਮਿਲਿਆ ਹੈ, ਜੀ ਕਰਦਾ ਹੈ ਬਸ ਤੇਰੇ ਕੋਲ ਬੈਠਾ ਰਵਾਂ, ਇਹ ਦੁਨੀਆਂ ਦੇ ਕੰਮ ਧੰਦੇ ਹੀ ਨਹੀਂ ਛੱਡਦੇ, ਪਰ ਇਹ ਸਾਰਾ ਕੁਝ ਵੀ ਤੇ ਤੁਹਾਡੀ ਖਾਤਰ ਹੈ, ਆਸਫ ਨੇ ਪਿਆਰ ਨਾਲ ਆਖਿਆ। ਉਹ ਅੱਗੋਂ ਚੁੱਪ ਰਹੀ। ਵਿਆਹ ਦੇ ਮਗਰੋਂ ਗੁਜ਼ਰਨ ਵਾਲਾ ਕੁਝ ਅਰਸਾ ਇੰਜ ਦੇ ਜਜ਼ਬਿਆਂ ਨਾਲ ਹੀ ਭਰਿਆ ਹੁੰਦਾ ਹੈ। ਹਰ ਪਾਸੇ ਸਬਜ਼ਾ ਹੀ ਸਬਜ਼ਾ ਤੇ ਫੁੱਲ ਖਿਲੇ ਬੁਖਾਲੀ ਦਿੰਦੇ ਨੇ। ਸ਼ਾਦੀ ਦਾ ਜੋੜੇ ਪਰਿੰਦਿਆਂ ਵਾਂਗੂ ਨੀਲੇ ਆਸਮਾਨ ਉੱਤੇ ਉੱਡਦੇ ਮਹਿਸੂਸ ਕਰਦੇ ਨੇ। ਹਯਾਤੀ ਉਹਨਾਂ ਨੂੰ ਇੱਕ ਮਿੱਠਾ ਸੁਪਨਾ ਲੱਗਦੀ ਹੈ। ਤੂੰ ਕੁੰਦੀ ਕਿਉਂ ਨਹੀਂ ਅੱਜ ਇਹਨਾਂ ਸਾਰਿਆਂ ਕੰਮ ਧੰਦਿਆਂ ਨੂੰ ਛੱਡ ਕੇ ਤੇਰੇ ਲਈ ਮੈਂ ਇਹਨਾਂ ਸੋਹਣੀਆਂ ਆਬਾਦੀਆਂ ਵਿੱਚ ਆਇਆ ਵਾਂ। ਇੱਥੇ ਆ ਕੇ ਤੇ ਦਿਲ ਮਸਤੀਆਂ ਕਰਦੇ ਨੇ ਤੇ ਗੂੰਗੇ ਵੀ ਬੋਲਣ ਲੱਗ ਜਾਂਦੇ ਨੇ। ਆਸਫ ਨੇ ਰੋਮਾਂਟਿਕ ਹੁੰਦਿਆਂ ਆਖਿਆ, ਸੱਚ ਪੁੱਛਦੇ ਹੋ ਤੇ ਕੁਝ ਦੱਸਾਂ? ਰਾਸ਼ਦਾ ਨੇ ਆਖਿਆ, ਹਾਂ ਹਾਂ ਕਿਉਂ ਨਹੀਂ। ਆਸਫ ਨੇ ਆਖਿਆ, ਮੈਨੂੰ ਤੁਹਾਡੇ ਕੋਲੋਂ ਤੇ ਆਉਣ ਵੇਲੇ ਤੋਂ ਡਰ ਲੱਗਦਾ ਹੈ। ਝੱਲੀ ਹੋ ਗਈ ਹੈ, ਡਰਨ ਵਾਲੀ ਕਿਹੜੀ ਗੱਲ ਹੈ? ਆਉਣ ਵਾਲੇ ਵੇਲੇ ਵਿੱਚ ਸੁਨਹਿਰੇ ਖੁਆਬ ਹੁੰਦੇ ਨੇ, ਉਮੰਗਾਂ ਖੁਆਇਸ਼ਾਂ ਹੁੰਦੀਆਂ ਨੇ, ਵਨ ਸੁਵੰਨੀਆਂ ਰੰਗ ਬਿਰੰਗੀਆਂ ਉਡੀਕਾਂ ਹੁੰਦੀਆਂ ਨੇ, ਵੇਖਦੀ ਨਹੀਂ ਲੰਘੇ ਹੋਏ ਵੇਲੇ ਨਾਲੋਂ ਅੱਜ ਦਾ ਜ਼ਮਾਨਾ ਕਿੰਨਾ ਚਮਕਾ ਮਾਰ ਰਿਹਾ ਹੈ। ਪੁਰਾਣੇ ਲੋਕੀ ਤੇ ਐਵੇਂ ਹੀ ਆਪਣੇ ਵੇਲੇ ਦੇ ਗੁਣ ਗਾਉਂਦੇ ਨੇ।
ਰਹਿੰਦੇ ਨੇ। ਮੈਂ ਵੀ ਤੇ ਤੇਰੇ ਸਾਹਮਣੇ ਖੁੱਲੀ ਕਿਤਾਬ ਵਾਂਗੂ ਹਾਂ, ਸੁਹਾਗ ਰਾਤ ਤੋਂ ਪਹਿਲੇ ਦੀ ਸਾਰੀ ਹਯਾਤੀ ਦਾ ਇੱਕ ਇੱਕ ਵਰਕ ਪਲਟ ਕੇ ਤੇਰੇ ਸਾਹਮਣੇ ਰੱਖ ਦਿੱਤਾ ਏ। ਕੋਈ ਗੱਲ ਵੀ ਤੇਰੇ ਕੋਲ ਨਹੀਂ ਛੁਪਾਈ, ਫਿਰ ਵੀ ਤੈਨੂੰ ਡਰ ਲੱਗਦਾ ਏ, ਆਸਫ ਨੇ ਆਖਿਆ। ਖੁੱਲੀ ਕਿਤਾਬ ਦੇ ਅਗਰ ਕੁਛ ਵਰਕੇ ਚੰਗੇ ਨਾ ਲਿਖੇ ਹੋਣ, ਕਿਸੇ ਦਾ ਦਿਲ ਢਾਰਾਂ ਕਿਸੇ ਦੇ ਖੌਫ ਵਿੱਚ ਵਾਧਾ ਕਰਨ, ਕਿਸੇ ਦੀ ਹਯਾਤੀ ਵਿੱਚ ਜ਼ਹਿਰ ਘੋਲਣ, ਉਹਨਾਂ ਨੂੰ ਪੜ੍ਹਨ ਦੀ ਕਿਹੜੀ ਲੋੜ ਹੁੰਦੀ ਹੈ? ਪਰਦੇ ਵਿੱਚ ਹੀ ਸੁਣਦਾ, ਇਸ ਲਈ ਤੇ ਦੁਨੀਆਂ ਜਹਾਨ ਦੀਆਂ ਵੱਡੀਆਂ ਹਕੀਕਤਾਂ ਪਰਦੇ ਵਿੱਚ ਛੁਪੀਆਂ ਹੋਈਆਂ ਨੇ, ਰਾਜਤਾ ਨੇ ਆਖਿਆ। ਪੜ੍ਹੀ ਲਿਖੀ ਜਨਾਨੀ ਦਾ ਇਹੋ ਹੀ ਨੁਕਸਾਨ ਹੁੰਦਾ ਹੈ ਕਿ ਉਹ ਦਲੀਲਾਂ ਦਿੰਦੀ ਹੈ, ਉਹ ਬੰਦੇ ਦੀਆਂ ਸੋਹਣੀਆਂ ਗੱਲਾਂ ਤੋਂ ਨੂੰ ਵੀ ਨਹੀਂ ਸਰਾਂਦੀ। ਚੱਲ ਛੱਡ ਇਹਨਾਂ ਗੱਲਾਂ ਨੂੰ, ਤੇ ਹੁਣ ਉਹ ਦਰਖਤਾਂ ਦੇ ਝੁੰਡ ਵੱਲ ਚੱਲੇ, ਫੋਟੋਆਂ ਖਿੱਚੀਏ ਤੇ ਹਯਾਤੀ ਦੀਆਂ ਪਿਆਰੀਆਂ ਯਾਦਾਂ ਬਣਾਈਏ। ਆਸਫ ਨੇ ਰਾਜਦਾ ਦਾ ਬਾਜ਼ੂ ਫੜ ਕੇ ਖਿੱਚਿਆ ਤੇ ਇਸ ਝਟਕੇ ਨੇ ਰਾਜਦਾ ਨੂੰ ਵੀ ਹੁਸੈਨ ਅਸੀਮ ਵਾਦੀਆਂ ਵਿੱਚੋਂ ਕੱਢ ਲਿਆ। ਜ਼ਿੰਦਗੀ ਵਿੱਚ ਆਉਣ ਵਾਲੀਆਂ ਤ੍ਰੇੜਾਂ ਰਾਜਦਾ ਦੀ ਨਜ਼ਰਾਂ ਸਾਹਮਣੇ ਘੁੰਮਣ ਲੱਗ ਪਈਆਂ, ਫਿਰ ਰੁੱਤਾਂ ਬਦਲੀਆਂ ਤੇ ਆਸਫ ਵੀ ਬਦਲ ਗਿਆ। ਹੁਣ ਰਾਜਦਾ ਨਾਲ ਗੱਲਬਾਤ ਕਰਦਿਆਂ ਉਹਦੀਆਂ ਅੱਖਾਂ ਉਹਦਾ ਸਾਥ ਨਹੀਂ ਸਨ ਦਿੰਦੀਆਂ, ਉਹਦੇ ਅੰਦਰ ਕੋਈ ਹੋਰ ਹੀ ਸਮਾ ਗਿਆ ਸੀ। ਹਯਾਤੀ ਨੀ ਖੋਖਲੇ ਜਜ਼ਬਿਆਂ ਤੇ ਰੱਖਣ ਵਾਲੇ ਆਪਣੀ ਝੁੱਗੀ ਵੀ ਸਾੜ ਲੈਂਦੇ ਨੇ। ਕਾਮਯਾਬ ਅਦਵਾਜੀ ਹਯਾਤੀ ਹਕੀਕਤ ਪਸੰਦੀ ਦੇ ਸੱਚੇ ਜਜ਼ਬਿਆਂ ਦੇ ਰਾਵੀ ਬੀ ਵਿੱਚੋਂ ਫਟਦੀ ਹੈ। ਸੋਹਣੇ ਤੇ ਪੀਡੇ ਰੁੱਖ ਵਾਂਗੂ ਸਮਾਜ ਦੇ ਸੀਨੇ ਉੱਤੇ ਆਪਣੀ ਸ਼ਨਾਖਤ ਬਣਾਉਂਦੀ ਹੈ। ਰਾਜਦਾ ਨੇ ਆਸਫ ਦੇ ਲੱਖ ਤਰਲੇ ਕੀਤੇ, ਉਮਰ ਦੀ ਹਯਾਤੀ ਦੇ ਵਾਸਤੇ ਦਿੱਤੇ, ਹਰ ਉਹ ਦਰ ਖੜਕਾਇਆ ਜਿਹੜਾ ਉਹਦੇ ਲਈ ਆਸ ਹੋ ਸਕਦਾ ਸੀ, ਪਰ ਆਸਫ ਕੋਈ ਸੁਣਨ ਲਈ ਤਿਆਰ ਨਹੀਂ ਸੀ। ਉਹ ਤੇ ਚਮਕਦਾ ਸ਼ਦਾਈ ਸੀ, ਭਟਕਿਆਂ ਜਜ਼ਬਿਆਂ ਨੇ ਉਹਨੂੰ ਅੰਨਾ ਬੋਲਾ ਕਰ ਦਿੱਤਾ ਸੀ ਤੇ ਉਹਦੇ ਭੈਣ ਭਰਾਵਾਂ ਵੀ ਆਸਫ ਨੂੰ ਸਮਝਾਉਣ ਦੀ ਬਜਾਏ ਰਾਜਦਾ ਵਿੱਚ ਹੀ ਕੀੜੇ ਕੱਢਣੇ ਸ਼ੁਰੂ ਕਰ ਦਿੱਤੇ। ਫਿਰ ਦੋਵਾਂ ਖਾਨਦਾਨਾਂ ਵਿੱਚ ਨਫ਼ਰਤਾਂ ਵਧਦੀਆਂ ਗਈਆਂ ਤੇ ਅੱਜ ਰਾਜਦਾ ਆਪਣੇ ਉਮਰ ਦਾ ਸਮਾਨ ਬਣ ਕੇ ਉਹਨੂੰ ਆਪਣੇ ਹੱਥੀਂ ਤੋੜ ਰਹੀ ਸੀ। ਉਮਰ ਰਾਜਦਾ ਨੇ ਉਮਰ ਨੂੰ ਆਵਾਜ਼ ਦਿੱਤੀ। ਉਮਰ ਨੇ ਸਾਰੇ ਰੁੱਖਾਂ ਵੱਲ ਉਦਾਸ ਨਜ਼ਰਾਂ ਨਾਲ ਵੇਖਿਆ ਤੇ ਫਿਰ ਹੌਲੇ ਹੌਲੇ ਟੁਰਦਾ ਮਾਂ ਕੋਲ ਆ ਖਲੋਤਾ। ਮਾਂ ਨੇ ਉਹਦੇ ਸਿਰ ਵਿੱਚ ਹੱਥ ਫੇਰਿਆ। ਉਮਰ ਨੇ ਆਪਣੇ ਹੰਝਵਾਂ ਨੂੰ ਵਗਣ ਤੋਂ ਡੱਕਣ ਲਈ ਆਪਣੇ ਹੱਥਾਂ ਦੀਆਂ ਮੁੱਠੀਆਂ ਬਣਾ ਕੇ ਅੱਖਾਂ ਉੱਤੇ ਰੱਖ ਦਿੱਤੀਆਂ। ਅੰਦਰੋਂ ਨਿਕਲਣ ਵਾਲੀਆਂ ਸਿਸਕੀਆਂ ਤੇ ਕਾਬੂ ਪਾਉਣ ਲਈ ਉਹਨੇ ਆਪਣਾ ਸਾਹ ਡੱਕ ਲਿਆ, ਪਰ ਉਹ ਬਹੁਤਾ ਚਿਰ ਆਪਣੇ ਉੱਤੇ ਕਾਬੂ ਨਾ ਰੱਖ ਸਕਿਆ ਤੇ ਹੌਕੇ ਲੈ ਕੇ ਰੋਣ ਲੱਗ ਪਿਆ। ਉਹਦਾ ਸਮਾਨ ਤਿਆਰ ਸੀ, ਸਭ ਘਰ ਵਾਲਿਆਂ ਉਹਨੂੰ ਪਿਆਰ ਕੀਤਾ, ਉਮਰ ਨੂੰ ਪੰਚਾਇਤ ਦੇ ਆਏ ਬੰਦਿਆਂ ਦੇ ਹਵਾਲੇ ਕੀਤਾ। ਰਾਜਦਾ ਨੇ ਕਮਰੇ ਦੇ ਬੂਹੇ ਦੀ ਔੜ ਵਿੱਚੋਂ ਵੇਖਿਆ, ਉਮਰ ਪੰਚਾਇਤੀ ਬੰਦਿਆਂ ਦੇ ਅਗਾਂਹ ਨਿੱਕੇ ਨਿੱਕੇ ਕਦਮਾਂ ਨਾਲ ਟੁਰਦਾ ਮੇਨ ਗੇਟ ਵੱਲ ਜਾ ਰਿਹਾ ਸੀ। ਰਾਜਦਾ ਨੂੰ ਇੰਝ ਲੱਗਾ ਜਿਵੇਂ ਉਹਦੇ ਦਿਲ ਦੀ ਹਰਕਤ ਬੰਦ ਹੋ ਗਈ ਹੈ ਤੇ ਕਾਲਜਾ ਕੱਟ ਕੇ ਡਿੱਗ ਪਿਆ ਹੈ। ਲੱਤਾਂ ਬਾਹਾਂ ਵਿੱਚੋਂ ਜਾਨ ਨਿਕਲ ਰਹੀ ਹੈ। ਉਮਰ ਦੇ ਮੇਨ ਗੇਟ ਵਿੱਚੋਂ ਨਿਕਲਣ ਤੋਂ ਪਹਿਲੋਂ ਵਹਾ ਦਾ ਇੱਕ ਤੇਜ਼ ਬੁੱਲਾ ਆਇਆ, ਸਾਰੇ ਰੁੱਖ ਕੰਬਣ ਲੱਗ ਪਏ। ਛਾਂ ਛਾਂ ਦੀਆਂ ਆਵਾਜ਼ਾਂ ਆਵਣ ਆਹਾਂ ਵਾਂਗੂ ਬੁਲੰਦ ਹੋਈਆਂ। ਇੱਕ ਕੱਚਾ ਮਰੂਦ ਦਰਖਤ ਨਾਲ ਟੁੱਟ ਕੇ ਡਿੱਗਾ, ਲੜਕਦਿਆਂ ਹੋਇਆਂ ਮੇਨ ਗੇਟ ਵਿੱਚੋਂ ਨਿਕਲ ਗਿਆ। ਉਮਰ ਵੀ ਉਹਦੇ ਪਿੱਛੇ ਪਿੱਛੇ ਸੀ।